ਜਿਹੜਾ ਇਹਨਾਂ ਦਾ ਮੁੱਖ ਸਕੱਤਰ ਹੈ ਤੇ ਜਿਹੜੇ ਮੰਤਰੀਆਂ ਨੇ ਇਹਨਾਂ ਦੇ ਆਪਸ ਦੇ ਵਿੱਚ ਬੜਾ ਕਮਾਸਾਨ ਮਚਿਆ ਹੋਇਆ ਵਾ ਇਹਦੇ ਬਾਰੇ ਸਰ ਕੀ ਕਹੋ ਸਰ ਇਹਦੇ ਬਾਰੇ ਮੈਂ ਕਹਾਂਗਾ ਵੀ ਜਿਹੜਾ ਸਰਕਾਰ ਵਰਸਸ ਬਿਊਰੋਕਰੇਸੀ ਉਹਦੇ ਵਿੱਚ ਆ ਵੀ ਸਰਕਾਰ ਜਿਹੜੀ ਚੱਲ ਰਹੀ ਹੈ ਇਸ ਟਾਈਮ ਬਿਊਰੋਕਰੇਸੀ ਚਲਾ ਰਹੀ ਹੈ ਕੈਪਟਨ ਸਾਹਿਬ ਦੇ ਕੋਲ ਤਾਂ ਇੰਨਾ ਟਾਈਮ ਹੀ ਹੈ ਨਹੀਂ ਵੀ ਆ ਕੇ ਉਹ ਕਿਸੇ ਮੀਟਿੰਗ ਦੇ ਵਿੱਚ ਬੈਠ ਜਾਣ ਠੀਕ ਹੈ ਜੀ ਇਹ ਬਹੁਤ ਦੇਰ ਤੋਂ ਇਦਾਂ ਹੀ ਚੱਲ ਰਿਹਾ ਇਹ ਤਾਂ ਹੁਣ ਬਾਈ ਚਾਂਸ ਇਹਨਾਂ ਦਾ ਰੌਲਾ ਪੈਣ ਕਰਕੇ ਬਿੱਲੀ ਥੱਲਿਓਂ ਬਾਹਰ ਆ ਗਈ ਆ ਅਦਰਵਾਈਜ਼ ਜਿੰਨੇ ਰੇਤ ਮਾਫੀਆ ਸ਼ਰਾਬ ਦਾ ਕੰਮ ਜਿੰਨਾ ਸਾਰਾ ਇਹ ਬਿਊਰੋਕਰੇਸੀ ਕਰ ਰਹੀ ਹੈ ਕਿਸੇ ਮੰਤਰੀ ਦੀ ਨਹੀਂ ਸੁਣੀ ਜਾਂਦੀ ਕਿਸੇ ਹੋਰ ਦੀ ਸੁਣੀ ਜਾਂਦੀ ਇਹ ਤਾਂ ਹੁਣ ਥੋੜਾ ਰੌਲਾ ਪੈਂਦੇ ਮਨਪ੍ਰੀਤ ਬਾਦਲ ਜੀ ਕਰਕੇ ਇਹ ਆਪਸ ਯੂਨਾਈਟ ਹੋ ਰਹੇ ਆ ਅਦਰਵਾਈਜ਼ ਬਿਊਰੋਕਰੇਸੀ ਨੇ ਸਾਰੇ ਪੰਜਾਬ ਦਾ ਬਹੁਤ ਨਾਸ ਕੀਤਾ ਸਰ ਗੱਲ ਕੀਤੀ ਜਾਵੇ ਜਿਹੜਾ ਰਾਤ ਪ੍ਰਧਾਨ ਮੰਤਰੀ ਮੋਦੀ ਨੇ 20 ਲੱਖ ਕਰੋੜ ਰੁਪਏ ਦਾ ਜਿਹੜਾ ਪੈਕੇਜ ਜਾਰੀ ਕੀਤਾ ਆ ਉਹਦੇ ਬਾਰੇ ਸਰ ਤੁਸੀਂ ਕੀ ਕਹੋ ਦੇਖੋ ਜੀ ਪ੍ਰਧਾਨ ਮੰਤਰੀ ਨੇ ਜਿਹੜਾ ਇਹ 20 ਲੱਖ ਕਰੋੜ ਦਾ ਪੈਕੇਜ ਜਾਰੀ ਕੀਤਾ ਇਹ ਸਟੈਪ ਕਦਮ ਤਾਂ ਬਹੁਤ ਹੀ ਵਧੀਆ ਹੈਗਾ ਤੇ ਇਹ ਅੱਜ ਸ਼ਾਮ ਨੂੰ 4 ਵਜੇ ਤੋਂ ਬਾਅਦ ਆਪਣੇ ਦੇਸ਼ ਦੇ ਵਿੱਤ ਮੰਤਰੀ ਇਹਦੇ ਬਾਰੇ ਕੁਝ ਬੋਲਣਗੇ ਤੇ ਮੇਰੇ ਹਿਸਾਬ ਨਾਲ ਬਹੁਤ ਵਧੀਆ ਜੇ ਇਹਨੂੰ ਕਿਤੇ ਟਿਕਾਣੇ ਸਿਰ ਪਹੁੰਚਾਇਆ ਜਾਵੇ ਤਾਂ ਬਹੁਤ ਵਧੀਆ ਸਕੀਮ ਹੈ ਸਰ ਗੱਲ ਕੀਤੀ ਜਾਵੇ ਸ਼ਹਿਰ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਜਿਹੜੀ ਹੈ ਕੋਰੋਨਾ ਜਿਹੜੇ ਮਰੀਜ਼ ਉਹਨਾਂ ਦੀ ਗਿਣਤੀ ਵੱਧ ਰਹੀ ਹੈ ਲੇਕਿਨ ਸੜਕਾਂ ਤੇ ਜਿਹੜੀ ਹੈ ਗਿਣਤੀ ਲੋਕਾਂ ਦੀ ਆਮ ਨਾਲੋਂ ਕਿਤੇ ਜ਼ਿਆਦਾ ਵੱਧ ਹੋ ਗਈ ਹੈ ਤੁਹਾਨੂੰ ਲੱਗਦਾ ਨਹੀਂ ਕਿ ਆਉਣ ਵਾਲੇ ਸਮੇਂ 'ਚ ਇਹਦਾ ਬੁਰਾ ਹਾਲ ਜਿਹੜਾ ਹੈ ਹੋ ਸਕਦਾ ਹੈ ਆਉਣ ਵਾਲੇ 'ਚ ਬੁਰਾ ਹਾਲ ਤਾਂ ਹੋਣਾ ਹੀ ਆਉਣ ਵਾਲੇ ਟਾਈਮ ਦੇ ਵਿੱਚ ਦੇਖੋ ਜੀ ਇਹਨਾਂ ਨੇ ਜਦੋਂ ਤਾਂ ਸਿਰਫ 500 ਦੀ ਕਪੈਸਿਟੀ ਸੀ ਮਨਜ਼ੂਰ ਇਹਨਾਂ ਦੀ ਮਰੀਜ਼ਾਂ ਦੀ ਸੀਗੀ ਗਿਣਤੀ ਉਦੋਂ ਤਾਂ ਲਾਕਡਾਊਨ ਐਨ ਪੂਰਾ ਕਰਫਿਊ ਲਾ ਕੇ ਰੱਖਿਆ ਤੇ ਹੁਣ ਇਹਨਾਂ ਨੇ ਉਹਨੂੰ ਕੰਟਰੋਲ ਤੋਂ ਬਾਹਰ ਹੋਣ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਇੱਕਦਮ ਛੱਡਤਾ ਲਓ ਵੀ ਆਪਣੇ ਆਪ ਤੁਸੀਂ ਆਪਣਾ ਖਿਆਲ ਆਪ ਰੱਖੋ ਸਰਕਾਰ ਕੁਝ ਨਹੀਂ ਕਰ ਸਕਦੀ ਉਹਦਾ ਰਿਜ਼ਲਟ ਜਿਹੜਾ ਮਾੜਾ ਹੀ ਨਿਕਲਣਾ ਜੀ ਬਹੁਤ ਸਰ ਲੁਧਿਆਣੇ ਦੀ ਗੱਲ ਕੀਤੀ ਜਾਵੇ ਤਾਂ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 150 ਦੇ ਨਜ਼ਦੀਕ ਪਹੁੰਚ ਗਈ ਹੈ ਔਰ ਡੀਐਮਸੀ ਦੇ ਕਰਮਚਾਰੀ ਵੀ ਪੋਜ਼ਿਟਿਵ ਪਾਇਆ ਗਿਆ ਵਾ ਤੁਹਾਨੂੰ ਲੱਗਦਾ ਨਹੀਂ ਕਿ ਇਸ ਵਿੱਚ ਸਖਤੀ ਜ਼ਿਆਦਾ ਕਰਨੀ ਚਾਹੀਦੀ ਹੈ ਦੇਖੋ ਜੀ ਸਖਤੀ ਕਰਨੀ ਹੈ ਸਿਹਤ ਵਿਭਾਗ ਨੇ ਪੰਜਾਬ ਦਾ ਸਿਹਤ ਮਹਿਕਮਾ ਬਲਬੀਰ ਸਿੰਘ ਸਿੱਧੂ ਜਿਹੜੇ ਸਿਹਤ ਮੰਤਰੀ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਟੋਟਲੀ ਫੇਲ ਹੈ ਔਰ ਉਹ ਕੋਈ ਗੱਲ ਕਿਸੇ ਦੀ ਸੁਣਨ ਨੂੰ ਤਿਆਰ ਨਹੀਂ ਹੈਗੇ ਉਹਨਾਂ ਨੂੰ ਇਸ ਟਾਈਮ ਨੈਤਿਕਤਾ ਦਾ ਆਧਾਰ ਤੇ ਅਸਤੀਫਾ ਦੇ ਕੇ ਨਾ ਇਹ ਸੇਵਾ ਕਿਸੇ ਹੋਰ ਨੂੰ ਦੇਣੀ ਚਾਹੀਦੀ ਹੈ ਸਰ ਅੱਜ ਇੱਕ ਜਿਹੜੀ ਹੈ ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਵੱਲੋਂ ਉਹਨਾਂ ਦੀ ਜਿਹੜੀ ਅੰਤਰਿਮ ਜ਼ਮਾਨਤ ਹੈ ਉਹ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਵਾ ਉਹਦੇ ਬਾਰੇ ਤੁਹਾਡਾ ਸਰ ਕੀ ਵਿਚਾਰ ਹੈ ਉਹਦੇ 'ਚ ਇਹ ਹੈ ਜੀ ਦੇਖੋ ਜੋ ਆਪਾਂ ਸਾਰਾ ਇਤਿਹਾਸ ਦੇਖਦੇ 84 ਤੋਂ ਬਾਅਦ ਵਾਲਾ ਉਹਦੇ ਵਿੱਚ ਇਹਨਾਂ ਨੇ ਕੀਤਾ ਤਾਂ ਬਹੁਤ ਕੁਛ ਹੈ ਜੀ ਉਹਦੇ ਨਾਲ ਜਿਹੜੀ ਇਹ ਕੋਰਟ ਨੇ ਉਹਨਾਂ ਨੂੰ ਜਿਹੜੀ ਮਨਾ ਕੀਤਾ ਉਹਦੇ ਨਾਲ ਇਹ ਹੈ ਵੀ ਸਿੱਖ ਜਿਹੜੀ ਸੰਸਥਾਵਾਂ ਨੇ ਸਿੱਖ ਭਰਾ ਨੇ 84 ਦੇ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਉਹਨਾਂ ਦੇ ਜ਼ਖਮਾਂ ਦੇ ਕੁਛ ਮਤਲਬ ਜ਼ਰੂਰ ਲੱਗੂਗਾ ਇਹਦੇ ਨਾਲ ਸਰ ਜਿਹੜਾ ਤੁਸੀਂ ਗੱਲ ਕੀਤੀ ਹੈ ਜਿਹੜਾ ਇਹ ਵਿਭਾਗ ਜਿੱਥੇ ਕਿ ਮੁੱਖ ਸਕੱਤਰ ਦਾ ਰੌਲਾ ਪਿਆ ਵਾ ਇਹ ਕੈਪਟਨ ਸਾਹਿਬ ਕੋਲੇ ਆਪਦੇ ਕੋਲੇ ਹੈ ਉਹ ਪਰ ਫਿਰ ਵੀ ਤੁਹਾਨੂੰ ਲੱਗ ਰਿਹਾ ਜਿਹੜਾ ਕਿ 600 ਕਰੋੜ ਰੁਪਏ ਦਾ ਜਿਹੜਾ ਘਾਟਾ ਪਿਛਲੇ ਦਿਨ ਹੋਇਆ ਵਾ ਉਹਦੇ ਲਈ ਕੌਣ ਜ਼ਿੰਮੇਵਾਰ ਸਰ ਜਿਹੜਾ 600 ਕਰੋੜ ਦਾ ਘਾਟਾ ਪਿਆ ਜ਼ਿੰਮੇਵਾਰ ਤਾਂ ਇਸ ਟਾਈਮ ਕੈਪਟਨ ਸਾਹਿਬ ਹੀ ਨੇ ਕਿਉਂਕਿ ਡਿਪਾਰਟਮੈਂਟ ਉਹਨਾਂ ਦੇ ਕੋਲ ਹੈਗਾ ਪਰ ਇਹ ਘਾਟਾ ਬਹੁਤ ਵੱਡਾ ਹੈਗਾ ਜੇ ਕਿਤੇ ਲੜਾਈ ਇਹਨਾਂ ਦੀ 2 ਸਾਲ ਪਹਿਲਾਂ ਹੋ ਜਾਂਦੀ ਤਾਂ ਇੱਕ ਤਾਂ ਇਹ ਘਾਟਾ ਪੈਣ ਤੋਂ ਬਚ ਜਾਂਦਾ ਇੱਕ ਘਾਟਾ ਬਹੁਤ ਵੱਡਾ ਜੇ ਕਿਤੇ ਸੀਬੀਆਈ ਇਨਕੁਆਇਰੀ ਕਰਵਾਈ ਜਾਵੇ ਤਾਂ ਦੇਖੋ ਜੀ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੀ ਡਿਮਾਂਡ ਆ ਬਿਲਕੁਲ ਵਾਜਬ ਆ ਕਿਉਂਕਿ ਦੇਖੋ ਕਿਸੇ ਸਰਕਾਰ ਦਾ ਨਹੀਂ ਕਿਸੇ ਬਿਊਰੋਕਰੇਟ ਦਾ ਘਾਟਾ ਨਹੀਂ ਇਹ ਘਾਟਾ ਆਮ ਜਨਤਾ ਦਾ ਜਿਹੜੀ ਜਨਤਾ ਦੇ ਟੈਕਸ ਦੇ ਨਾਲ ਜਿਹੜੀ ਚੱਲਦੀ ਹੈ ਸਰਕਾਰ ਪਰ ਇਹ ਸਰਕਾਰਾਂ ਨੂੰ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਹੈਗਾ ਰੌਲਾ ਪੈ ਗਿਆ 2 ਦਿਨ ਰੌਲਾ ਪਿਆ ਫਿਰ ਪਾਉਂਦੇ ਆ ਤੇ ਬਾਜਵਾ ਸਾਹਿਬ ਦੀ ਜਿਹੜੀ ਡਿਮਾਂਡ ਆ ਬਿਲਕੁਲ ਵਾਜਬ ਹੈ ਇਸ ਟਾਈਮ ਮਜ਼ਦੂਰ ਸੜਕਾਂ ਤੇ ਰੁੜ ਰਿਹਾ ਆਪਾਂ ਦੇਖ ਰਹੇ ਉਹਦੇ ਚ ਇਹ ਹੈਗਾ ਵੀ ਦੇਖੋ ਇੱਕ ਤਾਂ ਇਹ ਮੈਡੀਕਲ ਟੈਸਟ ਕਰਵਾ ਕੇ ਕਹਿੰਦੇ ਸੋਸ਼ਲ ਡਿਸਟੈਂਸਿੰਗ ਹੈ ਜੀ ਅਸੀਂ 17 ਵਾਲੀ ਕਪੈਸਿਟੀ 50 ਬੰਦੇ ਬਿਠਾਉਣੇ ਆ ਬਿਲਕੁਲ ਗਲਤ ਹੈ ਕਿਉਂਕਿ ਹੁਣ ਅਸੀਂ ਆਪਣੇ ਘਰਾਂ 'ਚ ਵੀ ਸੋਸ਼ਲ ਡਿਸਟੈਂਸਿੰਗ ਰੱਖਦੇ ਹਾਂ ਕਿਉਂਕਿ ਸਾਨੂੰ ਪਤਾ ਸਾਰੇ ਤੰਦਰੁਸਤ ਆ ਮੈਡੀਕਲ ਕਰਾਉਣ ਤੋਂ ਬਾਅਦ ਇਹਨਾਂ ਨੂੰ ਮਜ਼ਦੂਰਾਂ ਨੂੰ ਪੂਰੀ ਕਪੈਸਿਟੀ ਦੇ ਵਿੱਚ ਗੱਡੀਆਂ ਭਰ ਕੇ ਭੇਜਣੀਆਂ ਚਾਹੀਦੀਆਂ ਇਹਦੇ ਨਾਲ ਇੱਕ ਤਾਂ ਸਰਕਾਰ ਦਾ ਜਿਹੜਾ ਸਾਡੀ ਜਨਤਾ ਦਾ ਰੈਵਨਿਊ ਦਾ ਨੁਕਸਾਨ ਵੀ ਹੋਊਗਾ ਇੱਕ ਜਿਹੜੇ ਮਜ਼ਦੂਰ ਸੜਕਾਂ ਤੇ ਨਹੀਂ ਰੋੜਨਗੇ ਮੇਰੇ ਹਿਸਾਬ ਨਾਲ ਸਰਕਾਰ ਨਾ ਤਾਂ ਇਹਨਾਂ ਨੂੰ ਭੇਜਣਾ ਚਾਹੁੰਦੀ ਹੈ ਔਰ ਨਾ ਹੀ ਇਹਨਾਂ ਨੂੰ ਇੱਥੇ ਰੱਖਣਾ ਚਾਹੁੰਦੀ ਹੈ ਜਿਹੜਾ ਹੈ ਪੰਜਾਬ ਦੇ ਵਿੱਚ ਅਫਸਰਸ਼ਾਹੀ ਤੇ ਉਹ ਜਿਹੜੇ ਮੰਤਰੀ ਜਿਹੜੇ ਹੈਗੇ ਉਹਨਾਂ 'ਚ ਬੜਾ ਵੱਡਾ ਵਿਵਾਦ ਚੱਲਦਾ ਪਿਆ ਵਾ ਉਹਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ ਦੇਖੋ ਜੀ ਜਿਹੜੀ ਇਲੈਕਟਡ ਗਵਰਨਮੈਂਟ ਆ ਪੰਜਾਬ ਕਿਸੇ ਵੀ ਸਟੇਟ ਦੀ ਗਵਰਨਮੈਂਟ ਆ ਉਹਦਾ ਸੀਐਮ ਤੇ ਜਿਹੜਾ ਚੀਫ ਸੈਕਟਰੀ ਹੁੰਦਾ ਇਹਨਾਂ ਦੇ ਵਿੱਚ ਬਹੁਤ ਵਧੀਆ ਸੰਬੰਧ ਹੋਣੇ ਚਾਹੀਦੇ ਆ ਕਿਉਂਕਿ ਜਿਹੜਾ ਸੀਐਮ ਆ ਸੀਐਮ ਤੇ ਜੇ ਉਹਨਾਂ ਦੇ ਵਿੱਚ ਕੋਈ ਕਲੇਸ਼ ਚੱਲਦਾ ਹੈਗਾ
तो यह बहुत हासोहीन स्थिति बन जाती है क्योंकि यह कदे भी वापरदा नहीं जिवें पंजाब दे विच वापरिया। तो जिहड़ा हैगा चीफ सैकटरी वह हैड ऑफ द ब्यूरोक्रेसी आ, ठीक है जी, उन्हें इंप्लीमेंट करनी आप पॉलिसी, वो पॉलिसी तो सीएम के कैबिनेट मंत्रियों की कलेस पिया। एक्चुअल दे विच पॉइंट हैगा ये ठगियां दा, चोरियां दा, ते टैक्स चोरी करन दा। वह पॉलिसी कहते जी पॉलिसी दे विच कोई फाल्ट आ, कोई पॉलिसी दे विच फाल्ट नहीं, साडा वाइन दा चलिया एक्साइज दा सब तो वध पैसा जिहड़ा वाइन तों आउंदा। मान लो भी जे वाइन की एक बोतल सानू 100 रुपए की मिलती आ तो मोर दैन 70% आ जिहड़ा टैक्स आ उहदे उत्ते जिहड़ा हुंदा लग्गा हुंदा, उहदी एक्चुअल वैल्यू जिहड़ी हुंदी आ हार्डली 15 या 20 रुपए आप मन के चले, जानी 80% के नेड़े तेड़े उहदे उत्ते टैक्स आ जिहड़ा गवर्नमेंट की जेब जाना। हुण कलेस कित्थों पिया होया, कलेस गल दा इसदा पिया होया भी उह कहिंदा अकॉर्डिंग टू पॉलिसी चलो, जिहड़ा चीफ सैकटरी ऑफ द पंजाब आ उह कहिंदा अकॉर्डिंग टू द पॉलिसी चलो क्योंकि ब्यूरोक्रेसी दा हैड आ उहने इंप्लीमेंट करवाउणा। पर जिहड़ी कैबिनेट रौला पाउंदी आ इह कहिंदी भी इवें नहीं होना चाहिए, ठेकेदार नूं वध सहूलत दो। देखो जी कलेस इह आ भी जिहड़ी हैगी फैक्टरी दे विचों वाइन दा इक ट्रक निकलदा उहदे नाल 10 होर निकलदे आ, इह पैरलल चल रिहा इहनां दा कम्म। जिहड़ा टैक्स चोरी का जिहड़ा एक्साइज चोरी का मामला वह उन्होंने रोकदा ते वह करना चाहते हैं, जिहड़ी कैबिनेट रौला पाउंदी आ बस आही घाटो कलेस आ। वह कहिंदे असीं लीगलाइज कर लईए इहनूं, असीं समगलिंग नूं लीगलाइज कर लईए, वह कहिंदा मैं नहीं करन देणा। जे वह झूठ बोलदा, जे वह झूठ बोलदा तो मंत्री का सीएम का एक सकेंट का काम आ भी उहनूं ला के परे मारे, किसी सुप्रीम कोर्ट के जज के उत्तों इहदी इनकुआरी लवा लो भी किहड़ा राइट आ ते किहड़ा रोंग आ, ठीक है जी। एक्चुअल दे विच जिहड़ा हैगा लोकां दा पैसा वा ਉਹ ਇਹ ਹੜੱਪਣਾ ਚਾਹੁੰਦੇ ਆ ਤੇ ਉਹ ਮੂਰੇ ਅੜਿੱਕਾ ਬਣਦਾ। ਕਾਂਗਰਸ ਦੇ ਸਰ ਜਿਹੜੇ ਨੇ ਪ੍ਰਤਾਪ ਸਿੰਘ ਬਾਜਵਾ ਜੀ ਉਹਨਾਂ ਦਾ ਵੀ ਇਹੀ ਕਹਿਣਾ ਆ ਕਿ ਇਹਦੀ ਨਿਸ਼ਪਕਸ਼ ਜਾਂਚ ਹੋਣੀ ਚਾਹੀਦੀ ਹੈ, ਤੁਸੀਂ ਇਹਦੇ ਬਾਰੇ ਕੀ ਕਹੋਗੇ ਸਰ? ਦੇਖੋ ਜਦੋਂ ਸੁਪਰੀਮ ਕੋਰਟ ਦਾ ਜਾਂ ਹਾਈ ਕੋਰਟ ਦਾ ਜੱਜ ਬਾਤਾ ਆਪਾਂ ਇਹਨਾਂ ਦੇ, ਇਹ ਮੈਟਰ ਕੀ ਹੈ, ਨਿੱਕਾ ਜਿਹਾ ਮੈਟਰ, ਠੀਕ ਹੈ ਜੀ, ਦੁੱਧ ਦੁੱਧ ਪਾਣੀ ਦਾ ਪਾਣੀ। ਸਰ ਗੱਲ ਕੀਤੀ ਜਾਵੇ ਸੈਂਟਰ ਗਵਰਨਮੈਂਟ ਦੀ, ਸੈਂਟਰ ਨੇ 20 ਲੱਖ ਕਰੋੜ ਦਾ ਕੱਲ ਰਾਹਤ ਪੈਕੇਜ ਜਿਹੜਾ ਪ੍ਰਧਾਨ ਮੰਤਰੀ ਮੋਦੀ ਨੇ ਜਾਰੀ ਕੀਤਾ ਆ, ਉਹਦੇ ਬਾਰੇ ਦੱਸੋ ਕਿੰਨਾ ਕੁ ਲੋਕਾਂ ਨੂੰ ਮਤਲਬ ਕਿ ਰਾਹਤ ਮਿਲੂਗੀ? ਦੇਖੋ ਜੀ ਜਿਹੜਾ ਉਹ ਰਾਹਤ ਫੰਡ ਦੇ ਵਿੱਚੋਂ ਆਪਾਂ ਨੂੰ 20 ਕਰੋੜ ਰੁਪਈਆ ਉਹਨਾਂ ਨੇ ਸਾਰੀਆਂ ਸਟੇਟਾਂ ਨੂੰ 20 ਲੱਖ ਕਰੋੜ ਰੁਪਈਆ ਉਹਨਾਂ ਨੇ ਜਾਰੀ ਕੀਤਾ। ਅੱਜ ਸਾਡੇ ਫਾਈਨੈਂਸ ਮਿਨਿਸਟਰ ਸੀ ਕਰਮਨ ਜੀ ਦੱਸ ਦੇਣਗੇ ਵੀ ਕਿਵੇਂ ਕਿਵੇਂ ਡਿਵਾਈਡ ਹੋ ਕੇ ਜਾਣਾ। ਜਿਹੜਾ ਉਹ ਪੈਸਾ ਆਉਣਾ ਸਟੇਟ ਦੇ ਵਿੱਚ ਇਹਨੂੰ ਤਾਂ ਆਪਾਂ ਇਗਨੋਰ ਨਹੀਂ ਮਾਰ ਸਕਦੇ ਵੀ ਉਹ ਰਾਹਤ ਕੰਮਾਂ ਵਿੱਚ ਨਹੀਂ ਲੱਗੂ ਜਾਂ ਲੋਕਾਂ ਦਾ ਫਾਇਦਾ ਉਹਦੇ ਵਿੱਚ ਨਹੀਂ ਹੋਊ, ਲੋਕਾਂ ਨੂੰ ਉਹਨਾਂ ਤੋਂ ਰਾਹਤ ਮਿਲੂਗੀ, ਜ਼ਰੂਰ ਉਹਦਾ ਫਾਇਦਾ ਹੋਊਗਾ। ਸਰ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਮੰਤਰੀਆਂ ਦੀ ਸਾਈਡ ਲਈ, ਇਹਦੇ ਬਾਰੇ ਕੀ ਕਹੋਗੇ? ਮੰਤਰੀਆਂ ਸਾਈਡ ਇਹ ਆ ਵੀ ਜਿਹੜੀ ਇਹ ਕੋਆਰਡੀਨੇਸ਼ਨ ਆ ਸਰਕਾਰ ਚੱਲੀ ਜਾਵੇ ਜੀ, ਠੀਕ ਆ ਜੀ ਗੱਲ ਵੀ ਅੱਜ ਦਾ ਕੋਰੋਨਾ ਦੇ ਵਾਇਰਸ ਦਾ ਜਿਹੜਾ ਟਾਈਮ ਚੱਲਦਾ ਇਹਦੇ ਵਿੱਚ ਨਾ ਤੂਤੀਆਂ ਵਜਾਈਆਂ ਜਾਣ, ਇਹ ਸਿਆਸਤਾਂ ਤੋਂ ਉੱਤੇ ਉੱਠ ਕੇ ਅਸੀਂ ਪੰਜਾਬ ਲਈ ਕੁਛ ਕਰੀਏ।